ਜਿਸ ਵੇਲੇ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ ਖੋਜ ਦੇ ਰਸਤੇ ਸੀ ਨਾ, ਤੇ ਬਾਬਾ ਹਰਨਾਮ ਸਿੰਘ ਜੀ ਨੇ ਸ਼ਬਦ ਦਿੱਤਾ ਸੀ ਤੇ ਇਹਦੀ ਕਮਾਈ ਕਰੋ ਫਲਾਣੇ ਦਰਖਤ ਥੱਲੇ ਇੰਨੇ ਘੰਟੇ, ਤੇ ਇੱਕ ਦਿਨ ਸਾਹਮਣੇ ਸ਼ਕਤੀਆਂ ਖਲੋ ਗਈਆਂ ਸੀ। ਬਾਬਾ ਜੀ ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਅਸੀਂ ਸ਼ਕਤੀਆਂ ਵਾਂ, ਵੀ ਅਸੀਂ ਤੁਹਾਨੂੰ ਸੱਦਿਆ ਹੀ ਨਹੀਂ। ਕਹਿੰਦੇ ਜਿਹੜੇ ਸ਼ਬਦ ਦਾ ਤੁਸੀਂ ਜਾਪ ਕਰ ਰਹੇ ਹੋ ਉਸ ਸ਼ਬਦ ਦੇ ਜਾਪ ਨਾਲ ਸਾਨੂੰ ਹੁਕਮ ਹੁੰਦਾ ਹਾਜ਼ਰ ਦਾ। ਸ਼ਬਦ ਕਿਹੜਾ ਸੀ? ਉਹ ਜਾਂ ਕੇ ਵਸ ਖਾਨ ਸੁਲਤਾਨ, ਇਹਦਾ ਜਾਪ ਦਿੱਤਾ ਸੀ। ਮਹਾਂਪੁਰਸ਼ਾਂ ਕਿਹਾ ਸੀ ਕੱਲ ਆਉਣਾ, ਕੱਲ ਆਉਣਾ, ਕੱਲ ਜਵਾਬ ਦੇਵਾਂਗੇ। ਕਹਿੰਦੇ ਜੀ ਇਹ ਜਿਹੜਾ ਤੁਸੀਂ ਸ਼ਬਦ ਦਾ ਜਾਪ ਕੀਤਾ ਸਾਨੂੰ ਹੁਕਮ ਹੁੰਦਾ ਆਉਣ ਦਾ। ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਭੁੱਚੋ ਮੰਡੀ ਕੋਲ ਗਏ, ਜਦੋਂ ਦੱਸਿਆ ਜੀ ਇਸ ਤਰ੍ਹਾਂ ਸ਼ਕਤੀਆਂ ਖਲੋ ਗਈਆਂ ਆ ਕੇ, ਬਾਬਾ ਹਰਨਾਮ ਸਿੰਘ ਜੀ ਕਹਿੰਦੇ ਹੋਰ ਕੀ ਜਾਂਦੇ ਹੋ? ਕਿਸੇ ਕਿਸੇ ਨੂੰ ਇੰਜ ਆ ਕੇ ਸ਼ਕਤੀਆਂ ਖਲੋਂਦੀਆਂ। ਤੇ ਅੱਗੋਂ ਬਾਬਾ ਨੰਦ ਸਿੰਘ ਜੀ ਕਹਿੰਦੇ ਜੀ ਸ਼ਕਤੀਆਂ ਨਹੀਂ ਚਾਹੀਦੀਆਂ, ਸ਼ਕਤੀਆਂ ਦਾ ਮਾਲਕ ਗੁਰੂ ਨਾਨਕ ਚਾਹੀਦਾ। ਹੱਕ ਸਤਨਾਮ, ਧਿਆਨ ਦੇਣਾ ਜੀ, ਇੱਕ ਸ਼ਬਦ ਦਾ ਜਾਪ ਹੈ ਕਿਸੇ ਸ਼ਕਤੀ ਨੂੰ ਪ੍ਰਾਪਤ ਕਰਨ ਲਈ, ਇੱਕ ਜਾਪ ਹੈ ਸਾਈਂ ਦੀ ਪਿਆਸ। ਕੱਚੀ ਮਿੱਟੀ ਸੀ ਤੇ ਬਾਬਾ ਹਰਨਾਮ ਸਿੰਘ ਜੀ ਨੇ ਸੱਜੇ ਹੱਥ ਦੀ ਉਂਗਲ ਨਾਲ ਨਾ ਲਕੀਰਾਂ ਪਾਈਆਂ ਸੀ ਤੇ ਕੋਲ ਪਾ ਲਿਆ ਸੀ ਬਾਬਾ ਨੰਦ ਸਿੰਘ ਜੀ ਨੂੰ, ਤੇ ਕਹਿੰਦੇ ਸੀ ਕਹਿ ਫਿਰ ਜੇ ਗੁਰੂ ਨਾਨਕ ਚਾਹੀਦਾ ਤੇ ਬੋਲ, ਧੰਨ ਗੁਰੂ ਨਾਨਕ ਮੈਂ ਤੇਰਾ। ਹੱਕ ਸਤਨਾਮ, ਬਾਬਾ ਨੰਦ ਸਿੰਘ ਜੀ ਕਹਿਣ ਧੰਨ ਗੁਰੂ ਨਾਨਕ ਮੈਂ ਤੇਰਾ ਤੇ ਇੱਕ ਲੀਕ ਪਾ ਦੇਣ, ਫਿਰ ਕਹਿ ਧੰਨ ਗੁਰੂ ਨਾਨਕ ਮੈਂ ਤੇਰਾ, ਉਹ ਬੋਲਣ ਫਿਰ 1300 ਵਾਰੀ ਜਪਾਇਆ ਹੱਕ ਸਤਨਾਮ। ਧਿਆਨ ਦੇਣਾ, ਜਾਪ ਦੋ ਤਰ੍ਹਾਂ ਦਾ, ਇੱਕ ਵਸਤੂ ਦੀ ਪ੍ਰਾਪਤੀ ਲਈ, ਇੱਕ ਗੁਰੂ ਦੀ। ਹੱਕ ਸਤਨਾਮ। ਆ 10 ਦਿਨਾਂ ਦੀ ਗੱਲ ਹੈ, ਇੱਕ ਆਪਣੇ ਕੋਈ ਪ੍ਰੇਮੀ ਸੰਗਤ ਦਾ ਮੈਨੂੰ ਮਿਲਿਆ ਤੇ ਚਿਹਰਾ ਲੱਥਾ ਹੋਇਆ, ਕੀ ਹੋਇਆ? ਨਹੀਂ ਕੁਝ ਨਹੀਂ। ਮੈਂ ਕਿਹਾ ਵੀ ਚਿਹਰਾ 10 ਦਿਨ ਦਾ ਬੰਦੇ ਦਾ ਇੱਕ। ਕਹਿੰਦਾ ਨਹੀਂ ਕੁੜੀ ਹੋਈ ਮੇਰੇ ਘਰ। ਹੱਕ ਸਤਨਾਮ। ਧਿਆਨ ਦੇਣਾ, ਫਿਰ ਕੀ ਹੋ ਗਿਆ? ਪਹਿਲੀ ਹੈ? ਹਾਂਜੀ ਪਹਿਲਾ ਹੀ ਬੱਚੇ। ਉਦਾਸ ਕਿਉਂ? ਨਹੀਂ ਮੇਰਾ ਤਾਂ ਦਿਲ ਟੁੱਟ ਗਿਆ, ਤੁਸੀਂ ਕਹਿੰਦੇ ਦੱਸ ਕਿਉਂ? ਆਖੋ ਸਤਨਾਮ। ਹੋਇਆ ਕੀ? ਕਹਿੰਦਾ ਨਹੀਂ ਮੈਂ ਫਲਾਣੇ ਸ਼ਬਦ ਦਾ ਜਾਪ ਕੀਤਾ ਇੰਨੀ ਵਾਰੀ ਵੀ ਮੁੰਡਾ ਜੰਮਣ ਲਈ। ਆਖੋ ਸਤਨਾਮ। ਮੈਂ ਇੰਨਾ ਜਾਪ ਕਰਦਾ ਰਿਹਾ ਲੜਕੇ ਲਈ, ਪਰ ਲੜਕੀ ਹੋਈ ਹੈ, ਮੇਰਾ ਦਿਲ ਟੁੱਟ ਗਿਆ, ਮੇਰਾ ਮਨ ਟੁੱਟ ਗਿਆ, ਮੈਂ ਤੇ ਕਰੀ ਪਰੇਸ਼ਾਨ ਹੋ ਗਿਆ, ਮੇਰੇ ਨਾਲ ਕੀਤਾ ਕੀ ਤੂੰ? ਹੁਣ ਧਿਆਨ ਦੇਣਾ, ਜਿਹੜਾ ਕਿਸੇ ਵਸਤੂ ਲਈ ਜਾਪ ਕਰ ਰਹੇ ਹਾਂ ਕਿਸੇ ਵੇਲੇ ਵੀ ਟੁੱਟ ਸਕਦਾ ਗੱਜ ਕੇ ਹੱਕੋ ਸਤਨਾਮ। ਜਿਹੜਾ ਉਹਦੇ ਲਈ ਕਰ ਰਿਹਾ ਹੈ ਹੱਕੋ ਸਤਨਾਮ, ਉਹ ਤੇ ਨੇੜੇ ਹੁੰਦਾ ਜਾਏਗਾ। ਅੱਜ ਜਿਨ੍ਹਾਂ ਦਾ ਆਗਮਨ ਦਿਨ ਮਨਾ ਰਹੇ ਹੋ, ਬਾਬਾ ਦੀਪ ਸਿੰਘ ਜੀ ਨੂੰ ਜਿਹੜਾ ਜਾਪ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਨੇੜੇ ਹੋਣ ਲਈ ਆਖੋ ਸਤਨਾਮ। ਜੇ ਕਿਤੇ ਜਾਓਗੇ ਨਾ ਸਾਬੋ ਕੀ ਤਲਵੰਡੀ, ਮੈਂ ਵੀ ਤੁਸੀਂ ਵੀ, ਉੱਥੇ ਬਾਬਾ ਦੀਪ ਸਿੰਘ ਜੀ ਦਾ ਬੁਰਜ ਜਿਹਦੀਆਂ 4 ਮੰਜ਼ਲਾਂ ਨੇ ਤੇ 53 ਪੌੜੀਆਂ ਨੇ, ਜਾਣਦੇ ਨੇ ਉਹਦਾ ਨਾਂ ਹੀ ਹੈ ਸਾਬੋ ਕੀ ਤਲਵੰਡੀ, ਬਾਬਾ ਦੀਪ ਸਿੰਘ ਜੀ ਦਾ ਬੁਰਜ ਬਾਬਾ ਜੀ ਨੇ ਬਣਾਇਆ। ਉਹਦੇ ਨਾਲ ਹੀ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਭੋਰਾ। ਹੱਕ ਸਤਨਾਮ। ਜਿੱਥੇ 2 ਗਾਗਰਾਂ ਛੋਲੇ ਤੇ ਪਾਣੀ ਪਾਉਂਦੇ ਸੀ, ਅੰਦਰ ਕੀ ਕਰਦੇ ਸੀ? ਜਾਪ। ਕਿਹਦੇ ਵਾਸਤੇ? ਕੋਈ ਵਸਤੂ ਮਿਲੇ? ਨਹੀਂ, ਉਹ ਮਿਲੇ ਉਹਦੀ ਪ੍ਰਾਪਤੀ ਲਈ। ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਜਾਪ। ਆਖੋ ਸਤਨਾਮ। ਔਰ ਮੈਂ ਹੈਰਾਨ ਰਹਿ ਗਿਆ ਪੜ੍ਹ ਕੇ ਕਿ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਉਸ ਭੋਰੇ ਵਿੱਚ ਤਕਰੀਬਨ 40 ਸਾਲ ਦਾ ਸਮਾਂ ਬਿਤਾਇਆ। ਆਖੋ ਸਤਨਾਮ। 40 ਸਾਲ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਹੁੰਦਾ ਜੀ। ਇਹ ਜਿਹੜਾ ਅਰਦਾਸ ਚ ਲਫ਼ਜ਼ ਆਇਆ ਨਾ ਹੱਠੀਆਂ ਤੋਂ ਬਾਅਦ ਜਪੀਆਂ, ਉਹ ਜਪੀ ਜਿਹਦੇ ਉਹਦੇ ਲਈ ਸਾਧ ਸੰਗਤ ਜਪਦੇ ਨੇ, ਉਹਦੇ ਲਈ
बाबा दीप सिंह ओ जपी हुए ने जिन्हां ने उदे लई जपया कवाही कीती पोरियां विच 40 साल आखो सतनाम हुण दो तीन मिनट तपियां ते लावांगे ते फिर समाप्ति है जी सारे ओ जपी बनो नाल नाल किसे मंग लई भी करो जाप फिर ये ना होवे फिर उदे लई महापुरुष कहते सी कहते जे पत्ता मिल जे की करोगे दरख्त मिल जे ते पत्ते भी मिल जाएंगे फल भी मिल जाएंगे छां भी मिल जाएगी आखो सतनाम विरले के ते जग में उपम काटिए विरले के ही के विरले के ही विरले के ही के हाँ विरले के जाप सो अजप्पा जपे कलगीता जाप सो अजप्पा जपे जाप सो अजप्पा जपे जाप सो अजप्पा जपे आत्म उपदेश पेश संयम को आत्म उपदेश पेश संयम को जाप सो अजप्पा जपे जाप सो अजप्पा जपे जाप सो अजप्पा जपे सदा रहे कंचन सी काया जड़ा जपदा सदा रहे कंचन सी काया काल ना कबहू व्यापे काल ना कबहू कहंदे उहदे तो मौत भी डरदी है काल ना कबहू व्यापे काल ना कबहू एवें थोड़ी बाबा जी ने होनी नूं अगे लाता कमाईयां सी 40-40 साल भोरे विच विरल के के जपियां तपियां तप दो तरह का ध्यान एक तप अगां दे सेक अगे वै वै तप करना वर्त रखने ये भी तप धूणियां तखाणियां ये भी तप गुरमत विच ए नहीं मंजूर गुरमत विच केड़ा तप मंजूर है सबर ते संतोख नाल जिंदगी च रहना आखो सतनाम तुहाडे जिहदे घर आम मसां रोटी पर सबर है वह बड़ा वड्डा तपी घर विच थोड़ा जा बच्चे जां होर डाढे ने बड़े होर कई गल कोई वापरी पर बड़ा संतोख च रह रहा उस लई तपी है संजम नाल बोलना असली तप जे घट खाना घट बोलना घट सोना असली तप जे ये गुरमत दे तप जे जे मेरे बाबे वाल ध्यान दरोगे तो उस बाबे ने ये सारे तप कमाए ने आखो सतनाम एक तप है धूनी तुखाणी सेक सहने वर्त रखने जिंदगी नूं औखा करना
ਇਹ ਤੁਹਾਡੀ ਸਿੱਖੀ ਚ ਪ੍ਰਵਾਨ ਨਹੀਂ। ਸਵਰ ਤੇ ਸੰਤੋਖ ਵਿੱਚ ਰਹਿਣਾ, ਦੇਖ ਕੇ ਅਣਡਿੱਠ ਕਰਨਾ, ਸੰਜਮ ਨਾਲ ਬੋਲਣਾ, ਘੱਟ ਖਾਣਾ, ਘੱਟ ਬੋਲਣਾ, ਘੱਟ ਸੌਣਾ, ਇਹ ਅਸਲੀ ਤਪ ਏ। ਔਰ ਗੁਰਬਾਣੀ ਦੀ ਇੱਕ ਪੰਕਤੀ ਏ, ਗੁਰੂ ਘਰ ਚ ਤਪ ਕਿਹੜਾ ਹੈ? ਗੁਰ ਸੇਵਾ ਤਪਾਂ ਸਿਰ ਤਪ ਸਾਰ, ਅੱਖ ਸਤਨਾਮ ਗੁਰੂ ਦੀ ਸੇਵਾ। ਤੇ ਬਾਬਾ ਦੀਪ ਸਿੰਘ ਜੀ ਉਹ ਤਪੀਏ ਹੋਏ ਨੇ, ਸੰਜਮ ਚ ਜ਼ਿੰਦਗੀ ਰੱਖਣ ਵਾਲੇ, ਘੱਟ ਖਾਣ ਵਾਲੇ, ਘੱਟ ਬੋਲਣ ਵਾਲੇ, ਘੱਟ ਸੋਲਣ ਵਾਲੇ, ਘੱਟ ਸੌਣ ਵਾਲੇ, ਸਬਰ ਸੰਤੋਖ ਚ ਰਹਿਣ ਵਾਲੇ। ਸਮਾਪਤੀ ਕਰਨ ਲੱਗਾ ਦਾਸ, ਗੁਰੂ ਗੋਬਿੰਦ ਸਿੰਘ ਜੀ ਜਦੋਂ ਸਾਬੋ ਕੀ ਤਲਵੰਡੀ ਤੋਂ ਦੱਖਣ ਵੱਲ ਗਏ ਨਾ ਹਜ਼ੂਰ ਸਾਹਿਬ, ਤੇ ਸਾਬੋ ਕੀ ਤਲਵੰਡੀ ਦਾ ਪ੍ਰਬੰਧ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਕੇ ਗਏ ਨੇ, ਇੱਥੋਂ ਦੀ ਦੇਖਭਾਲ ਤੁਸੀਂ ਕਰਨੀ, ਤੇ ਪੰਜ ਬਚਨ ਦੇ ਕੇ ਗਏ ਸੀ, ਪੰਜ ਬਚਨ ਉਹ ਮੈਂ ਆਪ ਜੀ ਨੂੰ ਚਰਨਾਂ 'ਚ ਰੱਖ ਕੇ, ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਬਚਨ ਦਿੱਤੇ ਸੀ ਬਾਬਾ ਦੀਪ ਸਿੰਘ ਜੀ ਨੂੰ। ਪਹਿਲਾ ਬਚਨ ਦਿੱਤਾ ਸੀ ਕਿ ਸਾਬੋ ਕੀ ਤਲਵੰਡੀ, ਇੱਕ ਕੰਮ ਨੂੰ ਤੋਰੀ ਰੱਖਣਾ, ਕਿਹੜਾ? ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਦਾ ਕੰਮ, ਇਹ ਰੋਕਣਾ ਨਾ। ਗੱਜ ਗਿਆ ਕੋ ਸਤਨਾਮ, ਸੇਵਾ ਕਰੀ ਜਾਣੀ। ਦੂਜਾ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਲਾਈ ਸੀ ਕਿ ਜਿੰਨਾ ਪੰਥ ਹੈ ਇਹਨੂੰ ਜਥੇਬੰਦ ਰੱਖਣਾ, ਜਿੱਥੇ ਖੇਰੂ ਖੇਰੂ ਹੋਵੇ ਆਪਸ ਚ ਲੜੇ ਯਤਨ ਕਰਨਾ, ਇਹਨੂੰ ਜਥੇਬੰਦ ਕਰਨਾ ਪੰਥ ਨੂੰ। ਤੇ ਤੀਸਰਾ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਸੀ, ਗਊਂ ਗਰੀਬ ਦੀ ਰਾਖੀ ਕਰਨੀ। ਆਖੋ ਸਤਨਾਮ। ਕਹਿੰਦੇ ਲੱਖੀ ਜੰਗਲ ਖਾਲਸਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਂ ਦੀਆਂ ਧੁੰਮਾਂ ਸਨ, ਕੋਈ ਕਿਸੇ ਦੇ ਉੱਤੇ ਜਰਾ ਜਾ ਅਤਿਆਚਾਰ ਕਰਦਾ ਸੀ ਤੇ ਬਾਬਾ ਜੀ ਸੂਰਮੇ ਲੈ ਕੇ ਰਾਖੀ ਕਰਦੇ ਸੀ। ਆਖੋ ਸਤਨਾਮ। ਮੇਰਾ ਗੁਰੂ ਡਿਊਟੀ ਲਾ ਗਿਆ ਗਊਂ ਗਰੀਬ ਦੀ ਰਾਖੀ ਕਰਨੀ, ਤੇ ਸਮਾਂ ਪੈਣ ਤੇ ਖੰਡਾ ਵੀ ਖੜਕਾਉਣਾ। ਤੇ ਚੌਥਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ, ਕਹਿੰਦੇ ਕਿ ਧੁਰ ਕੀ ਬਾਣੀ ਦਾ ਪ੍ਰਚਾਰ ਕਰਨਾ, ਇਸ ਬਾਣੀ ਦਾ ਇਹ ਸਾਰਾ ਕੁਝ ਆਪਣੇ ਤੇ ਲੈਣਾ। ਗੁਰੂ ਗ੍ਰੰਥ ਸਾਹਿਬ ਜਾਂ ਭੇਦ ਨੇ ਬਾਬਾ ਦੀਪ ਸਿੰਘ ਜੀ, ਤੇ ਸਾਨੂੰ ਸਮਝ ਲਓ ਵੀ ਅੱਜ ਵੀ ਉਹਨਾਂ ਤੇ ਚੀਜ਼ਾਂ ਤੇ ਚੱਲਣਾ ਚਾਹੀਦਾ। ਕੋਈ ਦੋ ਬੀਬੀਆਂ ਦੋ ਵੀਰ ਕਿਸੇ ਵੇਲੇ ਆਪ ਪਾੜਦੇ, ਤੁਸੀਂ ਯਤਨ ਕਰੋ ਜੋੜੋ, ਇਹ ਵੀ ਪੰਥ ਨੂੰ ਜਥੇਬੰਦ ਕਰਨਾ। ਤੁਹਾਡੇ ਰਿਸ਼ਤੇਦਾਰਾਂ ਚੋਂ ਕੋਈ ਕਿਸੇ ਨੂੰ ਪ੍ਰੇਰਨਾ ਦੇ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾਓ, ਸਾਡੇ ਲਈ ਇਹ ਪ੍ਰੇਰਨਾ। ਗਊਂ ਗਰੀਬ ਦੀ ਰਾਖੀ, ਨਿਮਾਣਾ ਹੋਵੇ ਗਰੀਬ ਹੋਵੇ ਉਹਨੂੰ ਹਰ ਤਰ੍ਹਾਂ ਜਿੱਥੋਂ ਵੀ ਸਹਿਯੋਗ ਸਕਦੇ ਦਿਓ, ਬਾਬਾ ਜੀ ਖੁਸ਼ ਹੋਣਗੇ। ਉਹ ਬਚਨ ਅੱਜ ਵੀ ਜਗਤ ਦੇ ਅਸੀਂ ਨਿਭਾਈਏ ਉਹਨਾਂ ਦੇ। ਚੌਥਾ ਬਚਨ ਧੁਰ ਕੀ ਬਾਣੀ ਦਾ ਪ੍ਰਚਾਰ, ਘਰ ਘਰ ਸੁਮਨੀ ਸਾਹਿਬ ਜਪਜੀ ਸਾਹਿਬ। ਤੇ ਪੰਜਵਾਂ ਬਚਨ ਸੀ ਆਦਿ ਬਾਣੀ ਦੇ ਸਰੂਪ ਲਿਖ ਕੇ ਲੋੜ ਅਨੁਸਾਰ ਜਿੱਥੇ ਜਿੱਥੇ ਲੋੜ ਹੋਵੇ ਪਹੁੰਚਾਉਣੇ। ਹੱਕ ਸਤਨਾਮ। ਤੇ ਹੁਣ ਪ੍ਰੈਸਾਂ ਨੇ, ਹੁਣ ਵੀ ਆਪਾਂ ਗੁਟਕੇ ਹੋਰ ਜੋ ਜੋ ਉਸ ਅੱਜ ਦੇ ਸਮੇਂ ਮੁਤਾਬਕ ਕਰ ਸਕਦੇ ਹਾਂ। ਆਦਿ ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਤਾਰੇ ਕਰਕੇ, ਗੁਰੂ ਗੋਬਿੰਦ ਸਿੰਘ ਦਾ ਬਚਨ ਬਾਬਾ ਦੀਪ ਸਿੰਘ ਜੀ, ਆਦ ਬਾਣੀ ਦੇ ਉਤਾਰੇ ਕਰਕੇ ਲੋੜ ਅਨੁਸਾਰ ਜਿੱਥੇ ਜਿੱਥੇ ਲੋੜ ਹੋਵੇ ਪਹੁੰਚਾਉਣਾ। ਹੱਕ ਸਤਨਾਮ। ਹੁਣ ਦੱਸੋ ਬਾਬਾ ਦੀਪ ਸਿੰਘ ਕਿਹੜੇ ਤਪੀ ਹੋਏ ਨੇ ਕਿ ਗੁਰੂ ਦੇ ਸਾਰੇ ਹੁਕਮ ਸੇਵਾ ਦੇ ਰੂਪ ਚ ਨਿਭਾਏ ਨੇ, ਤੇ ਬਾਣੀ ਕਹਿੰਦੀ ਗੁਰ ਸੇਵਾ ਤਪਾਂ ਸਿਰ ਤਪ ਸਾ। ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ। ਗੁਰੂ ਪਿਆਰਿਓ, ਬਾਬਾ ਦੀਪ ਸਿੰਘ ਜੀ ਹੱਠੀ ਵੀ ਨਿਰਮਲ
ਬਵੇਖੀ ਜਪੀ ਵੀ ਤੇ ਤਪੀ ਵੀ।